ਸਤਿ ਸ਼੍ਰੀ ਅਕਾਲ ਦੋਸਤੋ, ਅਸੀਂ ਅੱਜ ਆਏ ਸੀਗੇ ਫਰੀਦਕੋਟ। ਫਿਲਮ ਪੱਥਰ ਦੀ ਸ਼ੂਟਿੰਗ ਕੀਤੀ ਹੋਈ ਸੀ ਅਸੀਂ, ਅਤੇ ਅਸੀਂ ਉਸਦੇ ਆਰਟਿਸਟ ਦੀ ਡਬਿੰਗ ਕਰਨ ਆਏ ਸੀ ਅੱਜ। ਅਤੇ ਅਸੀਂ ਸਾਡਾ ਸੈਟਅਪ ਇੱਥੇ ਲੱਗਿਆ ਹੋਇਆ ਸਾਰਾ ਫਰੀਦਕੋਟ, ਅਸੀਂ ਸੈਟਅਪ ਇੱਕ ਵਾਰੀ ਲਾ ਲਿਆ ਸੀਗਾ। ਆਹ ਮੈਕ ਹੈ ਜੀ ਸਾਡਾ, ਅਤੇ ਆਹ ਸਾਡਾ ਇੰਟਰਫੇਸ ਪਿਆ ਗਾ, ਅਤੇ ਇੱਥੇ ਅਸੀਂ ਫਾਈਲ ਕਨਵਰਟ ਕਰ ਰਹੇ ਸੀਗੇ। ਅਤੇ ਇਹ ਜੀ ਆਪਣੇ ਫਿਲਮ ਦੇ ਡਾਇਰੈਕਟਰ ਸਾਹਿਬ ਜਸਵਿੰਦਰ ਸਿੰਘ ਜੀ, ਇਹ ਖਾ ਰਹੇ ਭੁਜੀਆ, ਕਹਿੰਦੇ ਭੁਜੀਆ ਸਿਹਤ ਲਈ ਨਹੀਂ, ਭੁਜੀਆ ਸਿਹਤ ਲਈ ਕੀ ਹੁੰਦਾ, ਹਾਨੀਕਾਰਕ ਹੈ, ਜੇ ਦਾਰੂ ਨਾਲ ਖਾਜੇ ਫੇਰ ਨਹੀਂ। ਫੋਨ ਆ ਗਏ ਜੀ ਐਕਟਰ ਦਾ, ਪੁੱਛ ਰਹੇ ਸੀਗੇ ਸ਼ਾਇਦ ਐਕਟਰ ਨੂੰ ਪਹੁੰਚਣ ਵਾਲਾ ਸਾਡਾ। ਕਿੱਥੇ ਗਾ ਗਏ ਸਰ, ਤੁਹਾਨੂੰ ਆਪਾਂ ਦਿਖਾਵਾਂਗੇ ਕਿ ਜੇ ਡਬਿੰਗ ਆ ਉਹ ਕਿਵੇਂ ਕਰਦੇ ਆ। ਅਤੇ ਸਾਡੇ ਹੀਰੋ ਸਾਹਿਬ ਵੀ ਆ ਰਹੇ ਆ, ਅਤੇ ਇਸ ਤੋਂ ਬਾਅਦ ਜੋ ਇਸਦੇ ਵਿੱਚ ਜਿਹੜੇ ਜਿਹੜੇ ਪਾਤਰਾਂ ਨੇ ਕੰਮ ਕੀਤਾ ਗਾ, ਲੇਡੀਜ਼ ਆ, ਜੈਂਟਸ ਆ, ਤਾਂ ਉਹ ਸਾਰੇ ਪਾਤਰ ਆਪਣੇ ਕੋਲ ਆ ਰਹੇ ਆ, ਤੁਹਾਨੂੰ ਆਪਾਂ ਮਿਲਾਵਾਂਗੇ ਸਾਰਿਆਂ ਨਾਲ। ਇਸ ਤੋਂ ਬਾਅਦ ਆਪਾਂ ਕਰਾਂਗੇ ਜੀ ਡਬਿੰਗ, ਅਤੇ ਹੁਣ ਰਿਲੈਕਸ ਸੀ ਅਸੀਂ, 10 ਵਜੇ ਦੇ ਪਹੁੰਚੇ ਹੋਏ ਹਾਂ, ਅਤੇ ਐਕਟਰ ਸਾਹਿਬ ਕਹਿ ਰਹੇ ਸੀ ਕਿ ਟ੍ਰੈਫਿਕ ਲੱਗ ਗਿਆ, ਭਗਵੰਤ ਮਾਨ ਜੀ ਆਏ ਹੋਏ ਨੇ ਫਰੀਦਕੋਟ ਵਿਖੇ, ਅਤੇ ਜਿਸ ਦੇ ਕਾਰਨ ਥੋੜ੍ਹਾ ਜਿਹਾ ਲੇਟ ਹੋ ਗਏ ਉਹ। ਅਤੇ ਚਲੋ ਆਪਾਂ ਵੇਟ ਦੇ ਵਿੱਚ ਆ, ਸਬਰ ਕਰ ਰਹੇ ਹਾਂ, ਵੇਟ ਕਰ ਰਹੇ ਹਾਂ ਆਪਾਂ ਉਹਨਾਂ ਦੀ। ਅਤੇ ਫੋਨ ਆਇਆ ਸੀ ਕਹਿੰਦੇ ਬਸ ਅਸੀਂ ਪਹੁੰਚ ਗਏ, ਸ਼ਾਇਦ ਬਾਹਰ ਹੀ ਆ ਗਿਆ ਲੱਗਦਾ ਵੀਰਾ, ਤੁਹਾਨੂੰ ਮਿਲਾਉਣੇ ਜੀ ਉਹਨਾਂ ਨਾਲ ਵੀ। ਹਾਂਜੀ ਡਾਇਰੈਕਟਰ ਸਾਹਿਬ ਕਿੱਥੇ ਆ ਗਏ? ਆ ਗਿਆ ਕਿ ਆ ਰਹੇ ਜੀ, ਹੌਲੀ ਹੌਲੀ ਆਪਾਂ ਕੰਮ ਕਰਦੇ ਹਾਂ, ਸਟਾਰਟ ਕਰਦੇ ਹਾਂ, ਕੰਮ ਸਟਾਰਟ ਕਰਦੇ ਹਾਂ, ਦੇਖਾਂਗੇ ਕੀ ਆਉਣੇ ਵਾਲਾ, ਬਿਲਕੁਲ ਕੇ ਬਾਅਦ ਸੋਚਾਂਗੇ ਨਾ। ਤੁਸੀਂ ਇੱਕ ਪੈਣ ਦੀ ਬੜੀ ਕਰਦੇ ਹੋ, ਚੱਕਰ ਕੀ ਆ? ਤਦ ਤੱਕ ਮੈਂ ਆਰਾਮ ਕਰਦਾ ਹਾਂ ਯਾਰ। ਹੈ ਆਰਾਮ ਘੱਟ ਕਰਿਆ ਕਰੋ, ਹੈ ਬਹੁਤ ਆਰਾਮ ਕਰ ਲਿਆ ਤੁਸੀਂ, ਹੋ ਨਾ ਹੈ ਤੁਸੀਂ ਹੋ ਕਰ। ਨਹੀਂ ਨਹੀਂ ਅਸੀਂ ਤਾਂ ਹੈਗੇ ਆ, ਸਾਡੇ ਨਾਲ ਬਸ ਮਾਤਰ ਸਾਰੇ ਆਪਣੇ ਕੋਲੇ ਆ ਜਾਣਗੇ, ਜਿੰਨੇ ਜਿੰਨੇ ਹੈਗੇ ਆ ਸਟੈਪ ਬਾਏ ਸਟੈਪ, ਆਪਾਂ ਜਿਹੜਾ ਟਾਈਮ ਦਿੱਤਾ ਹੋਇਆ ਰਵਿੰਦਰ ਜੀ ਨਾਲ ਰਾਬਤਾ ਕਾਇਮ ਕਰੋ, ਠੀਕ ਹੈ, ਬਸ ਮਸਤੀ ਹੈ, ਵਧੀਆ ਨਜ਼ਾਰੇ ਲੈ ਰਹੇ ਹਾਂ। ਇੱਕ ਗੱਲ ਹੋਰ ਦੱਸੋ ਸਰ, ਚਲੋ ਗੈਰੀ ਸਾਹਿਬ ਹੀਰੋ ਸਾਹਿਬ ਆ ਗਏ ਜੀ ਆਪਣੇ, ਤੇ ਸਾਡੇ ਕੋਲੇ ਪਹੁੰਚ ਗਏ ਜੀ। ਕੀ ਹਾਲ ਹੈ ਜੀ? ਠੀਕ ਹੈ ਜੀ, ਕੀ ਬਾਤ ਹੈ, ਕਿੱਥੇ ਸਰ ਤੁਸੀਂ ਹੋ ਗਏ ਸੀਗੇ, ਬਿਜ਼ੀ ਹੋ ਗਏ ਸੀ ਕਿਤੇ? ਕਮਾਲ ਹੈ, ਬਹੁਤ ਟਾਈਮ ਬਾਅਦ ਲਾਈਵ ਦੇਖਿਆ, ਸਾਡੇ ਤਾਂ ਨੈਟ ਹੀ ਬੰਦ ਕੀਤਾ, ਨੈਟ ਸਾਡੇ ਵੀ ਬੰਦ ਹੋ ਗਿਆ ਵੀਰੇ, ਅਸੀਂ ਕੈਨੇਡਾ 'ਚ ਨਹੀਂ ਰਹਿੰਦੇ, ਨੈਟ ਸਾਡੇ ਵੀ ਬੰਦ ਸੀਗਾ। ਬਸ ਨਵੀਂ ਤਾਈ ਤੁਸੀਂ ਬਣਾਉਣੀ ਆ, ਦੇਖੋ ਚਲੋ ਠੀਕ ਹੈ ਜੀ, ਅਸੀਂ ਕਰਦੇ ਹਾਂ ਹੁਣ ਰਿਕਾਰਡਿੰਗ, ਅਤੇ ਤੁਹਾਨੂੰ ਦਿਖਾਵਾਂਗੇ ਆਪਾਂ ਰਿਕਾਰਡਿੰਗ ਕਿਵੇਂ ਕਰਦੇ ਹਾਂ ਸਟੂਡੀਓ ਦੇ ਵਿੱਚ। ਸੈਟਅਪ ਆਪਾਂ ਸਾਰਾ ਰੈਡੀ ਕੀਤਾ ਹੋਇਆ, ਤੁਹਾਨੂੰ ਪਹਿਲਾਂ ਹੀ ਦਿਖਾ ਦਿਓ ਆਪਾਂ। ਰੈਡੀ ਪਤਾ ਲੱਗ ਗਿਆ, ਰੈਡੀ ਹੋ? ਹਾਂਜੀ ਦੋਸਤੋ, ਜੋ ਤੁਹਾਨੂੰ ਅਸੀਂ ਦਿਖਾਇਆ ਸੀ ਕਿ ਆਪਾਂ ਡਬਿੰਗ ਕਰ ਰਹੇ ਸੀਗੇ, ਆਪਾਂ ਫਰੀਦਕੋਟ ਆਏ ਹੋਏ ਹਾਂ, ਅਤੇ ਤੁਹਾਨੂੰ ਦਿਖਾਇਆ ਸੀ ਆਪਣੇ ਹੀਰੋ ਵੀ ਆਇਆ ਸੀਗਾ ਮੁੰਡਾ, ਅਤੇ ਉਸ ਤੋਂ ਬਾਅਦ ਆਪਣੀ ਜਿਹੜੀ ਉਹਨਾਂ ਦੀ ਡਬਿੰਗ ਆ ਉਹ ਸਾਰੀ ਕੰਪਲੀਟ ਹੋ ਚੁੱਕੀ ਹੈ। ਚਲੋ ਆਪਾਂ ਮੌਕੇ 'ਤੇ ਲਾਈਵ ਨਹੀਂ ਹੋਏ, ਅਤੇ ਆਪਾਂ ਜੋ ਵੀ ਸੈਟਅਪ ਸੀਗਾ ਆਪਣਾ ਆਪਾਂ ਸਾਰਾ ਇੱਕ ਵਾਰ ਪੈਕ ਕਰ ਲਿਆ, ਅਤੇ ਡਾਇਰੈਕਟਰ ਸਾਹਿਬ ਬੈਠੇ ਆ, ਅਤੇ ਵੀਰਾ ਬੈਠਾ ਗਾ, ਅਤੇ ਕੁਝ ਆਰਟਿਸਟ ਸੀ ਜੋ ਆਪਾਂ ਜਿਨ੍ਹਾਂ ਦੀ ਡਬਿੰਗ ਕਰਕੇ ਹੁਣ ਆਪਾਂ ਭੇਜ ਦਿੱਤੇ ਆ ਵਾਪਸ। ਅਤੇ ਚਲੋ ਵੀਰੇ ਨਾਲ ਗੱਲ ਕਰਦੇ ਹਾਂ ਆਪਾਂ, ਅਤੇ ਪੁੱਛਦੇ ਹਾਂ ਪਹਿਲਾਂ ਤਾਂ ਸਰ ਨੂੰ ਪੁੱਛਦੇ ਹਾਂ। ਹਾਂ ਸਰ, ਤੁਹਾਡਾ ਕਿਵੇਂ ਰਿਹਾ ਜੀ ਅੱਜ? ਬਹੁਤ ਵਧੀਆ ਦਿਨ ਲੰਘਿਆ,
मजा ही आ गया सारे अपना अपना टाइम जो दिता सी आ, तो अपने टाइम टाइम ते वधिया आए है ते हुण लास्ट विक्रम जी आए है ते बहुत वधिया है एक्टिंग बहुत सोहनी करदे है। हाँ जी विक्रम वीरे नूं पुछदे आ, हाँ जी वीर जी तुहाडा अज एक्सपीरियंस सी जो डबिंग दा, तुसीं पहली वार शायद लगदा मैनूं पहली वार कीती आ स्टूडियो दे विच, ते किद्दां दा प्रोजेक्ट रिहा तुहाडे तुहाडे लई की एक्सपीरियंस आ? मेरे वास्ते बिल्कुल नवा एक्सपीरियंस सीगा, डबिंग बारे मैनूं कुछ नहीं सी पता, पर अज सर नाल मिल के डबिंग करके बहुत वधिया लगा। जिन्ना के शूटिंग दे विच मजा आया, अज डबिंग च वी बहुत मजा आया, पर आने वाले प्रोजेक्ट दे विच वी मतलब अज डबिंग वाला लैवल वी बहुत ऐन आ रहा सी, बहुत वड्डी फिल्म दा काम हो रहा है, चंगा सी, बहुत वधिया सी एक्सपीरियंस। हाँ जी दोस्तों तुहानू पता लग ही गया होना जो अपना डबिंग दा सीगा अज कंप्लीट हो गया, तुहाडे विच असीं इह फिल्म नूं लैके आवांगे, बस थोड़ा जिहा सबर होर ते असीं इस दी एडिटिंग मिक्सिंग दा सारी कर ली है फिल्म दी, ते जो असीं वोकल मैच करनी आ वो भी हो चुकी है, ते इस तों बाद असीं तुहानू दिखावांगे साडा प्रोजेक्ट, ते उदों तक लई सारयां दा बहुत बहुत धन्नवाद जी, बने रहो ते इस चैनल नूं सबसक्राइब करो, ते इस वीडियो नूं ਵੱਧ ਤੋਂ ਵੱਧ ਸ਼ੇਅਰ ਕਰੋ। ਥੈਂਕਸ ਜੀ, ਧੰਨਵਾਦ।